विसाखी के जिहड़े दो प्रोग्राम बहुत वड्डे न्यूजीलैंड सिख सोसाइटी हमिल्टन गुरु घर विखे होने वाले ने। बहुत वड्डियां सिख संस्थावां मिल के इस ऐतवार यानी कि 7 अप्रैल नूं गुरद्वारा साहब दे विच बहुत वड्डा कबड्डी टूरनामेंट, वॉलीबॉल शूटिंग ते होर भी खेडां सारियां कमेटियां वल्लों करवाईआं जा रही। गुरु नानक नाम लेवा जिहड़े सिख ने उह किसे भी देश विच जा के रहिंदे ने उह अपना कल्चर लाइव रखदे ने। न्यूजीलैंड दे विच होरना देशों की तरह न्यूजीलैंड एक यूनीक छोटा जिहा कंट्री है। इत्थे जो गुरु घरां दे विच ज़्यादा कबड्डी होर खेडां हुंदियां ने ते इस करके असीं जो सारे गुरद्वारियां दीआं कमेटियां 7 तरीक नूं साडा सहयोग दे रहीआं ने। गुरु घर जिहड़ी कबड्डी जां सारी स्पोर्ट आ ਉਹ ਹਮਟਨ ਗੁਰੂ ਘਰ ਤੋਂ ਸ਼ੁਰੂ ਹੋਈ ਸੀ 1989 ਤੋਂ। ਤੁਹਾਡੇ ਕਹਿਣ ਦਾ ਵੀ ਇਹ ਸਭ ਤੋਂ ਪਹਿਲਾਂ ਜਿਹੜੀ ਨਿਊਜ਼ੀਲੈਂਡ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਦੇ ਵਿੱਚੋਂ ਖੇਡਾਂ ਸ਼ੁਰੂ ਹੋਈਆਂ ਸੀ ਅਤੇ ਇੱਕ ਬੜਾ ਮੈਂ ਧੰਨਵਾਦ ਕਰਦਾ ਜਿਹੜੇ 25 ਗੁਰਦੁਆਰੇ ਸਾਡੇ ਨਾਲ ਰਲ ਕੇ ਇੱਕ ਹਮਟਨ ਖੇਡਾਂ ਮਨਾ ਰਹੇ ਹਨ। ਸਭ ਨੂੰ ਇਹ ਸਾਧ ਸੰਗਤਾਂ ਨੂੰ ਬੇਨਤੀ ਆ ਜੋ ਪ੍ਰੋਗਰਾਮ ਲਿਖਿਆ ਵੱਡੇ ਲੈਵਲ ਦੇ ਉੱਤੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਜੀ ਅਤੇ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਅਤੇ ਮੈਂ ਹਾਂ ਤੁਹਾਡਾ ਦੋਸਤ ਲਾਡੀ ਸਿੰਘ ਪਟਿਆਲਾ ਅਤੇ ਖਾਸ ਕਰਕੇ ਅਸੀਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅੱਜ ਸ਼ਨੀਵਾਰ ਬੇਨਤੀ ਕਰਨ ਲੱਗੇ ਹਮਿਲਟਨ ਦੇ ਸਟੂਡੀਓ ਤੋਂ ਅਤੇ ਸਾਡੇ ਕੋਲ ਬਹੁਤ ਹੀ ਪਤਵੰਤੇ ਸੱਜਣ ਸਾਡੀਆਂ ਸਿਰਮੌਰ ਸ਼ਖਸੀਅਤਾਂ ਹਮਿਲਟਨ ਦੀਆਂ ਪਹੁੰਚੀਆਂ ਨੇ ਅਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕਰਾਂਗੇ। ਅਤੇ ਵਿਸਾਖੀ ਦੇ ਜਿਹੜੇ ਦੋ ਪ੍ਰੋਗਰਾਮ ਬਹੁਤ ਵੱਡੇ ਨਿਊਜ਼ੀਲੈਂਡ ਸਿੱਖ ਸੁਸਾਇਟੀ ਹਮਿਲਟਨ ਗੁਰੂ ਘਰ ਵਿਖੇ ਹੋਣ ਵਾਲੇ ਨੇ। ਬਹੁਤ ਵੱਡੀਆਂ ਸਿੱਖ ਸੰਸਥਾਵਾਂ ਮਿਲ ਕੇ ਇਸ ਐਤਵਾਰ ਯਾਨੀ ਕਿ 7 ਅਪ੍ਰੈਲ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵੱਡਾ ਕਬੱਡੀ ਟੂਰਨਾਮੈਂਟ, ਵਾਲੀਬਾਲ ਸ਼ੂਟਿੰਗ ਅਤੇ ਹੋਰ ਵੀ ਖੇਡਾਂ ਸਾਰੀਆਂ ਕਮੇਟੀਆਂ ਵੱਲੋਂ ਕਰਵਾਈਆਂ ਜਾ ਰਹੀਆਂ ਅਤੇ ਸਾਡੇ ਨਾਲ ਗੁਰਦੁਆਰਾ ਕਮੇਟੀ ਦੇ ਮੇਨ ਮੈਂਬਰ ਪ੍ਰਧਾਨ ਸਾਹਿਬ, ਵਾਈਸ ਪ੍ਰਧਾਨ ਅਤੇ ਖਜਾਂਚੀ ਸਾਹਿਬ ਪਹੁੰਚੇ ਨੇ। ਉਹਨਾਂ ਤੋਂ ਡਿਟੇਲ ਲਵਾਂਗੇ ਗੱਲਾਂ ਬਾਤਾਂ ਦਾ ਜਿਹੜਾ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੈਂ ਤੁਹਾਨੂੰ ਇੱਕ ਵਾਰੀ ਫਿਰ ਪਹਿਲਾਂ ਇੰਟਰਵਿਊ ਤੋਂ ਜਾਣੂ ਕਰਾ ਦਾਂ, ਜੇ ਕਿਸੇ ਨੇ ਵੀ ਕੋਈ ਦੁੱਖ ਜਾਂ ਸੁੱਖ ਦਾ ਗੁਰੂ ਘਰ ਦੇ ਨਾਲ ਪ੍ਰੋਗਰਾਮ ਦੇ ਸੰਬੰਧੀ ਗੱਲਬਾਤ ਕਰਨੀ ਹੈ ਤਾਂ ਸਰਦਾਰ ਸ਼ਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਨੇ, ਸਰਦਾਰ ਸੰਤੋਖ ਸਿੰਘ ਵਿਰਕ ਸਾਹਿਬ ਵਾਈਸ ਪ੍ਰਧਾਨ ਨੇ ਅਤੇ ਸਰਦਾਰ ਰਣਜੀਤ ਸਿੰਘ ਮਾਨ ਸਾਹਿਬ ਜਿਹੜੇ ਉੱਥੇ ਕੈਸ਼ੀਅਰ ਦੇ ਵਜੋਂ ਸੇਵਾ ਨਿਭਾ ਰਹੇ ਨੇ। ਤਾਂ ਸਰਦਾਰ ਸਾਹਿਬ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਆਪਾਂ ਕਿ 7 ਤਰੀਕ ਦੇ ਜਿਹੜੇ ਪ੍ਰੋਗਰਾਮ ਹੈ ਉਹ ਕਿੱਦਾਂ ਦੇ ਰਹਿਣ ਵਾਲੇ ਹੈ, ਕੀ ਉਹਦਾ ਵੇਰਵਾ ਹੈ ਜੀ, ਸਾਡੀ ਜਿਹੜੀ ਗੁਰੂ ਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਨੂੰ ਜ਼ਰੂਰ ਦੱਸੋ ਜੀ। ਇਹ ਪਹਿਲੀ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪ ਜਾਣਦੇ ਹੋ ਸੰਗਤ ਜੀ ਜਾਂ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਸਰੋਤੇ ਜਿਹੜੇ ਨੇ ਉਹ ਜਾਣਦੇ ਨੇ ਗੁਰੂ ਨਾਨਕ ਨਾਮ ਲੇਵਾ ਜਿਹੜੇ ਸਿੱਖ ਨੇ ਉਹ ਕਿਸੇ ਵੀ ਦੇਸ਼ ਵਿੱਚ ਜਾ ਕੇ ਰਹਿੰਦੇ ਨੇ ਉਹ ਆਪਣਾ ਕਲਚਰ ਲਾਈਵ ਰੱਖਦੇ ਨੇ ਜੀ। ਅਤੇ ਨਿਊਜ਼ੀਲੈਂਡ ਦੇ ਵਿੱਚ ਹੋਰਨਾਂ ਦੇਸ਼ਾਂ ਦੀ ਤਰ੍ਹਾਂ ਨਿਊਜ਼ੀਲੈਂਡ ਇੱਕ ਯੂਨੀਕ ਛੋਟਾ ਜਿਹਾ ਕੰਟਰੀ ਹੈ। ਇੱਥੇ ਜੋ ਗੁਰੂ ਘਰਾਂ ਦੇ ਵਿੱਚ ਜ਼ਿਆਦਾ ਕਬੱਡੀ ਹੋਰ ਖੇਡਾਂ ਹੁੰਦੀਆਂ ਨੇ ਅਤੇ ਇਸ ਕਰਕੇ ਅਸੀਂ ਜੋ ਸਾਰੇ ਗੁਰਦੁਆਰਿਆਂ ਦੀਆਂ ਕਮੇਟੀਆਂ 7 ਤਰੀਕ ਨੂੰ ਸਾਡਾ ਸਹਿਯੋਗ ਦੇ ਰਹੀਆਂ ਨੇ ਜੀ ਅਤੇ ਅਸੀਂ ਉੱਥੇ ਖੇਡਾਂ ਕਰਾ ਰਹੇ ਹਾਂ ਅਤੇ ਅਸੀਂ ਸਾਰੀ ਸੰਗਤ ਨੂੰ ਸੱਦਾ ਦਿੰਦੇ ਹਾਂ ਨਿਊਜ਼ੀਲੈਂਡ ਵਾਲਿਆਂ ਨੂੰ ਜੇ ਪ੍ਰਦੇਸ਼ 'ਚੋਂ ਵੀ ਕੋਈ ਆਉਣਾ ਚਾਹੁੰਦਾ ਹੋਵੇ ਅਤੇ 7 ਤਰੀਕ ਦਾ ਉਹ ਪ੍ਰੋਗਰਾਮ ਰੱਖਿਆ 7 ਅਪ੍ਰੈਲ ਦਾ ਅਤੇ ਉਹਦਾ ਜ਼ਿਆਦਾ ਵੇਰਵਾ ਆ ਉਹ ਮੇਰੇ ਵੱਡੇ ਭਰਾ ਸੰਤੋਖ ਸਿੰਘ ਵਿਰਕ ਇਹ ਦੇਣਗੇ। ਇਹਨਾਂ ਨੂੰ ਜ਼ਿਆਦਾ ਉਹਦੇ ਬਾਰੇ ਨੌਲੇਜ ਅਤੇ ਇਹਨਾਂ ਦੀ ਉਹ ਦੇਖ ਰੇਖ ਦੇ ਅੰਦਰ ਹੋ ਰਿਹਾ ਜੀ। ਬਹੁਤ ਮਿਹਰਬਾਨੀ। ਸਾਡੇ ਨਾਲ ਰਣਜੀਤ ਸਿੰਘ ਮਾਨ ਸਾਹਿਬ, ਫਤਿਹ ਸਾਂਝੀ ਸਾਡੀ ਸੰਗਤ ਨਾਲ ਪਲੀਜ਼ ਕਰ ਦਿਓ ਜਿਹੜੇ ਦਰਸ਼ਕ ਦੇਖ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਨੂੰ ਇਹ ਸਾਧ ਸੰਗਤਾਂ ਨੂੰ ਬੇਨਤੀ ਆ ਜੋ ਪ੍ਰੋਗਰਾਮ ਲਿਖਿਆ ਵੱਡੇ ਲੈਵਲ ਦੇ ਉੱਤੇ ਸਾਰੇ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਜੀ ਅਤੇ ਉਹਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਐਂਡ ਅਤੇ ਦਰਸ਼ਨ ਦੇਣ। ਸਤਿ ਮਿਹਰਬਾਨੀ, ਥੈਂਕ ਯੂ ਜੀ। ਸਰਦਾਰ ਸੰਤੋਖ ਸਿੰਘ ਵਿਰਕ ਜੋ ਕਿ ਇਸ ਵਕਤ ਗੁਰਦੁਆਰਾ ਸਾਹਿਬ ਦੇ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾ ਰਹੇ ਨੇ। ਵਿਰਕ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੇਡੀਓ ਸਾਡੇ ਵਾਲਾ 'ਤੇ ਜੀ। ਲਾੜੀ ਸਿੰਘ ਜੀ, ਮੈਂ ਆਪਣੇ ਵੱਲੋਂ ਅਤੇ ਗੁਰੂ ਘਰ ਦੀ ਕਮੇਟੀ ਵੱਲੋਂ ਅਤੇ ਸਾਰੀ ਹਮਟਨ ਦੀ ਸੰਗਤ ਵੱਲੋਂ ਤੁਹਾਡਾ ਅਤੇ ਸਾਡੇ ਵਾਲਾ ਰੇਡੀਓ ਦਾ ਬਹੁਤ ਬਹੁਤ ਧੰਨਵਾਦੀ ਹਾਂ। ਬੜੀ ਮਿਹਰਬਾਨੀ ਜਿਨ੍ਹਾਂ ਨੇ ਆਪਣਾ ਕੀਮਤੀ ਟਾਈਮ ਛੱਡ ਕੇ ਸਾਡੇ ਨਾਲ
इत्थे आके अपने ख्याल सांझे कीते हन। देखो जी सपोर्ट की यही गल करते हैं, सपोर्ट इस टाइम बड़ी न्याण वाले बहुत जरूरी है जी। मैं अगे भी दसा कि मैं हम रिपीट करता हाँ, जो गुरु घर जी कबड्डी ज सारी सपोर्ट आ वो हमटन गुरु घर तो शुरू हुई सी 1989 कह सब तो पहला जी न्यूजीलैंड सिख सुसायटी गुरद्वारा साहब के खेडा शुरू हुई, खेडा शुरू हुई जी। उस टाइम बरेली जो कबड्डी खेलता हुंदा सी वरिंदर सिंह, हाले भी मैं चेता सी पहली बार पहलवान जी अपने पहलवान जी पहली कबड्डी खेली थी पहलवान जी। फिर जिहड़े साडे छोटे भरा होने दलजीत सिंह आ, साडे भरा प्रितपाल होनी बेंत होनी, क्यों सारे हमटन तो तकरीबन गए हुए, सारी एक फैमिली है ना, मूव हो गए ओकलैंड और सारे कट्ठे असी एक फैमिली तंग होंगे सी, वीकेंड भी इकट्ठे होकर खंड पाठ तीन तीन दिन इकट्ठे रहेंगे सर जी। अच्छा जी कबड्डी की गल करिए, कबड्डी हम मैं अपने वालों तो अपनी कमेटी वालों तो हमटन साहिब संगत सारे नीलियां नूं अनुवाद करदा, तो एक बड़ा मैं धन्यवाद करदा जिहड़े 25 गुरद्वारे साडे नाल रल के एक हमटन खेडां मना रहे हैं, जिन्हां विच कबड्डी होगी तो सौका होगा तो वॉलीबॉल होगा तो होर न्याणियां दी खेलां हो गईआं, तो तिने दिन गुरु घर का लंगर चलूगा, ये बड़ी बड़ी चीज़ है। तो मैं इन्हों सारे का बहुत बहुत धन्यवाद हाँ, तो सारे आके गुरु घर हमटन साड़ी सपोर्ट करो तो मेले का दिन इंजॉयमेंट करो। ये बड़ा सस्पेंस चल रहा है विरक साहब, एकदम ही सारिया सभा सुसायटियां ने हमिल्टन एक तोहफा देता, खास करके हमिल्टन के जो पंजाबी है सिख संगत गुरु साहब के अगर नतमस्तक होंगे ने, यह बड़ा वड्डा दिन होने वाला है मेरे ख्याल 7 अप्रैल का, मैं लगता इतिहास शायद लिखा जाऊगा। तो मैं जिमें मान साहब नाल या युवराज सिंह माहल साहब नाल भी मैं फोन पर गल की, तो पार्किंग मैं लगता कि तुहानू ऐतकी थोड़ी वड्डी करनी पैनी है जी, क्यों करके थां आपां नूं थोड़ा पैना जी। जिदा अगे मैं 3 महीने हो गए लाड़ी साहब थोड़े न गलबात की सी जी, क्यों असं स्पोर्ट न खेल करा रहे हैं, पहला 3 हफ्ते हो गए साड़ी कमेटी है सारे रल के बहुत हार्ड काम कर रहे हैं जी, क्यों बड़ा एक्सपेक्टिंग ओवर 2000 पीपल 2000 तो उपर संभावना घट होगा, क्यों जो 25 गुरुद्वारे सब आ रहे हैं इतने जी, इस करके सू सारे होके जो सिस्टम कार पार्क का असी ऑर्डर रणजीत रणजीत सिंह ने जी नैक्स डोजरा कार पाकनाइज किया कार संगत को भी आप दस दिए कि संगत के चरणों में बेनती कि पार्किंग की लंगर पानी की कोई प्रॉब्लम नहीं है, जिमें गुरद्वारा कमेटी सानू अज दस रही है तो तुम हुम हुम आके पहुंचो, हुम हुम आके कार पार्क बहुत है जिन्नी भी कहो कार पार्क का कोई प्रॉब्लम नहीं होगा, तो हो भी किसी चीज़ का कोई प्रॉब्लम नहीं होगा, कोई कम्यूनीकेशन करना साढ़े ना गलबात करो, असं ऑलवे 24/7 थोड़े नाल मेले में हाजिर होवे। चलो ये असी भी गुरु साहब के चरणों साड़ी पूरी टीम अरदास करती है कि मुड़ो दिन वापस आन के हमिल्टन के गुरु घर चो मेले वो संगतों का कट हाठा मारदा, क्यों करके मैं लगता कि पंजाबियों का मुढ़ हमिल्टन तो बनया गया हमिल्टन बनया, तो गुरुद्वारा साहब जी शुरुआत भी 1976 के सब तो पहला हमिल्टन शहर के हुई है, तो सब तो पुराने पंजाबी भी हमिल्टन ने जरूरी है जी, क्यों पहलियाँ जिहड़ियां फैमिलियां होनियां जिहड़ियां पुरानियां फैमिलियां 1919 च आईयां जां 1915 च आईयां उन्हीं बजुर्गों ने गुरु घर बनाया बड़े अपने पैसे कट्ठे करके थोड़े थोड़े करके, हाले भी जिहड़ा गुरु घर हमटन दा आ मैं सदा फीलिंग करदा एक फैमिली गुरु घर आ जी, ये नहीं भाई अभी उत्थे जाइए एक फैमिली तरह सारे आओ सारे एक नाल कम्यूनिकेशन करो एक दूजे का हाथ साथ दे उते सारी। अच्छा एक दो चीज़ों का मैं तुहाडे नाल जिक्र करना चाहवांगा, क्यों करके मैं भी रूटीन दे विच गुरु साहब दे चरणां जाण दा मौका मिलदा है, तुहाडे कोल पंजाबी स्कूल बहुत वधिया है, तो तुहाडे कोल दूजा लंगर दे प्रबंध जिहड़ी भी टीम उत्थे लंगर दे प्रबंध चलाउंदी है वह बाकमाल है, भी संगत नूं कदी निराशाजनक नहीं होण दित्ता जांदा, तो परिवार वड्डे पद्धर ते उत्थे अपने बच्चों नूं लै के आउंदे ने, जिवें असीं पिछे भी एक वीडियो कीता तां 80 बच्चे उत्थे उस वक्त मौजूद सी क्लास दे विच। अच्छा जी पहला मैं करदा लंगर दी गल, कल असीं छोटी जिही मीटिंग कीती सी जी, उत्थे असीं सेवादारां नूं पुछिआ सी वी दसो आपां नूं लंगर लई संगतां दी किन्नी लोड आ, उन्हें कहा भाई सानूं किसी दी लोड़ नहीं, साडे कोल इन्नियां संगतां सेवा करन आ रहियां जी, ऐतवार नूं ਤੁਹਾਡਾ ਕੋਈ ਫਿਕਰ ਨਹੀਂ ਹੈਗਾ। ਅੱਛਾ ਉਹਨਾਂ ਨੇ ਕਿਹਾ ਵੀ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, ਵੀ ਅਸੀਂ ਮੈਨੇਜ ਕਰ ਲਾਂਗੇ, ਮੈਨੇਜ ਕਰਾਂਗੇ, ਕਹਿੰਦੇ 20 ਆਦਮੀ ਸਾਡੇ ਕੋਲ ਵੋਲੰਟਰੀ ਇਸ ਵੇਲੇ ਫੋਨ ਕਰਦੇ ਜੀ, 20 ਆਦਮੀ ਸਾਡੇ ਕੋਲ ਇਸ ਵੇਲੇ ਆ ਜਾਓਗੇ। ਬਹੁਤ ਜੀ ਦੂਸਰੀ ਤੁਸੀਂ ਗੱਲ ਕਰਦੇ ਆ ਪੰਜਾਬੀ ਸਕੂਲ ਦੀ, ਦੇਖੋ ਜੀ ਪੰਜਾਬੀ ਸਕੂਲ ਜਿਹੜਾ ਐਜੂਕੇਸ਼ਨ ਆ
ਜਦੋਂ ਅਸੀਂ ਨਿਊਜ਼ੀਲੈਂਡ ਆਏ ਸੀਗੇ ਡਿਫੈਂਸ ਸਟੋਰੀ ਸੀ ਇਸ ਵੇਲੇ ਐਜੂਕੇਸ਼ਨ ਦੇ ਨਾਲ ਹੀ ਦੁਨੀਆ ਚੱਲਦੀ ਹੈ ਜੇ ਕੋਈ ਐਜੂਕੇਸ਼ਨ ਨਹੀਂ ਹੈ ਡੋਂਟ ਲਿਫਟ ਬਿਆਉਂਡ ਜੀ ਅਸੀਂ ਸਕੂਲ ਵੱਲੋਂ ਮੈਂ ਛਿੰਦਰ ਸਿੰਘ ਨਾਲ ਵੀ ਗੱਲ ਕੀਤੀ ਸੀ ਪਹਿਲਾਂ ਜਿੱਥੇ ਤੇ ਵੀ ਹੋਵੇ ਅਸੀਂ 100% ਸਕੂਲ ਨੂੰ ਸਪੋਰਟ ਕਰਨੀ ਹੈ ਤਾਂ ਮੈਂ ਚਾਹੁੰਦਾ ਵੀ ਨਿਆਣਿਆਂ ਨੂੰ ਜਿਨ੍ਹਾਂ ਦੇ ਪੇਰੈਂਟਸ ਆ ਜਿਹਨਾਂ ਹੋਰ ਵੀ ਸਕੂਲ ਜਾਣਾ ਚਾਹੁੰਦੇ ਆ ਜ਼ਰੂਰ ਆਓ ਅਸੀਂ ਵਿਸਾਖੀ ਤੋਂ ਬਾਅਦ ਮੋਰ ਇਨਪੁੱਟ ਕਰਾਂਗੇ ਸਕੂਲ ਦੀ ਗੈਟਿੰਗ ਮੋਰ ਫੰਡ ਮਨੀ ਦੇ ਮੇਕ ਇਟ ਸ਼ੋਰ ਐਵਰੀਬਾਡੀ ਹੈਪੀ ਅਤੇ ਸਕੂਲ ਵਧੀਆ ਚੱਲੂਗਾ ਟੀਚਰ ਬੜਾ ਹਾਰਡ ਕੰਮ ਕਰ ਰਹੇ ਅਸੀਂ ਬੜੀ ਅੱਛੀ ਗੱਲ ਟੀਚਰ ਕੋਈ ਹਰੇਕ ਐਤਵਾਰ ਨੂੰ ਕੋਈ ਆਉਣਾ ਛੋਟੀ ਜਿਹੀ ਗੱਲ ਨਹੀਂ ਹਰੇਕ ਐਤਵਾਰ ਆ ਕੇ ਆਪਣੀ ਗੁਰੂ ਘਰ ਟੀਚਿੰਗ ਦੀ ਸੇਵਾ ਕਰਨੀ ਆ ਮੈਂ ਉਹਨਾਂ ਦਾ ਬਹੁਤ ਬਹੁਤ ਆਪਣੇ ਦਿਲੋਂ ਧੰਨਵਾਦੀ ਆ ਇਹ ਬੜਾ ਮਾਨ ਸਾਹਿਬ ਅੱਛਾ ਮੈਸੇਜ ਵਿਰਕ ਸਾਹਿਬ ਨੇ ਦਿੱਤਾ ਕਿ ਇੱਕ ਤੁਹਾਡੇ ਕੋਲ ਸਕੂਲ ਇੱਕ ਕਹਿੰਦੇ ਨਾ ਪਰਿਵਾਰ ਇਕੱਠੇ ਹੋ ਕੇ ਆਉਂਦੇ ਹੈ ਕਈ ਮਾਵਾਂ ਨੂੰ ਫਿਕਰ ਹੁੰਦਾ ਕਿ ਮੇਰੇ ਨਿਆਣੇ ਜਿਹੜੇ ਉਹ ਆਪਣੀ ਮਾਤਰ ਭਾਸ਼ਾ ਜੀ ਸਾਡੀ ਮਾਂ ਬੋਲੀ ਪੰਜਾਬੀ ਹੈ ਇਹਨਾਂ ਮੁਲਕਾਂ ਦੇ ਵਿੱਚ ਵੀ ਆਪਾਂ ਨੂੰ ਉਹਨੂੰ ਜਾਗਰੂਕ ਹੈ ਜ਼ਿੰਦਾ ਰੱਖੀਏ ਬਹੁਤ ਵੱਡੀ ਗੱਲ ਆਪਣੇ ਵਾਸਤੇ ਅਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਮਾਂ ਕੱਢਿਆ ਅਤੇ ਇੱਕ ਆਪਣੇ ਕੋਲ ਮੇਰੇ ਖਿਆਲ 13 ਅਤੇ 14 ਤਰੀਕ ਦਾ ਵੀ ਤੁਸੀਂ ਸਮਾਗਮ ਕੋਈ ਰੱਖਿਆ ਉਹਦੇ ਬਾਰੇ ਵੀ ਸੰਗਤ ਨੂੰ ਕੋਈ ਜਾਣਕਾਰੀ ਦੇਣੀ ਚਾਹੁੰਦੇ ਹੋ ਜੀ ਦੇਖੋ ਜੀ 7 ਤਰੀਕ ਨੂੰ ਸਾਡਾ ਵੱਡਾ ਕਬੱਡੀ ਦਾ ਪ੍ਰੋਗਰਾਮ ਸੁੱਕ ਦੇ ਜਿਹਦੇ 14 ਤਰੀਕ ਨੂੰ ਉਹ ਸਾਡੀ ਇੱਕ ਹਮਟਨ ਦੀ ਕਮਿਊਨਿਟੀ ਬੱਚਿਆਂ ਦਾ ਜੀ ਜ਼ਿਆਦਾ ਕਰਕੇ ਆ ਜਿਹੜੇ ਬੱਚਿਆਂ ਦੀਆਂ ਦੌੜਾਂ ਕਰਾਵਾਂਗੇ ਉਹ ਬੱਚਿਆਂ ਦੀਆਂ ਖੇਡਾਂ ਹੋਣਗੀਆਂ ਖੇਡਾਂ ਹੋ ਗਈਆਂ ਬੱਚਿਆਂ ਦੀਆਂ ਦੌੜਾਂ ਕਰਾਂਗੇ ਫਿਰ ਬੱਚਿਆਂ ਦਾ ਕੀਰਤਨ ਗੁਰੂ ਘਰ ਅੰਦਰ ਕਰਾਵਾਂਗੇ ਬੱਚਿਆਂ ਦਾ ਜਿਹੜੇ ਸਕੂਲ ਦੇ ਬੱਚੇ ਆ ਉਹ ਗੁਰੂ ਘਰ ਕੀਰਤਨ ਕਰਨਗੇ ਆਪਾਂ ਪਰਫੋਰਮੈਂਸ ਦੇਵਾਂਗੇ ਠੀਕ ਹੈ ਫਿਰ ਅਸੀਂ ਉੱਥੇ ਨਗਰ ਕੀਰਤਨ ਕਰਾਂਗੇ ਬੱਚਿਆਂ ਦੇ ਨਾਲ 14 ਅਪ੍ਰੈਲ ਦਿਨ ਐਤਵਾਰ ਨੂੰ 14 ਅਪ੍ਰੈਲ ਨੂੰ ਠੀਕ ਹੋ ਗਿਆ ਕਿਉਂ ਨਿਆਣਿਆਂ ਨੂੰ ਤੁਸੀਂ ਹੁਣੇ ਇਸ ਲਾਂ 'ਤੇ ਟੀਚ ਕਰਦੇ ਹਾਂ ਜੋ ਗਰੋ ਆਪ ਕਰਦੇ ਉਹਨਾਂ ਪਤਾ ਲੱਗਦਾ ਵੀ ਸਿੱਕੀ ਕੀ ਆ ਜੀ ਅਸੀਂ ਕਿੱਧਰ ਨੂੰ ਜਾਣਾ ਹੈ ਬੜਾ ਬਹੁਤ ਜ਼ਰੂਰੀ ਆ ਅਤੇ 7 ਅਪ੍ਰੈਲ ਦਾ ਪਲੀਜ਼ ਸਾਨੂੰ ਟਾਈਮ ਇੱਕ ਵਾਰੀ ਆਪਾਂ ਦੱਸ ਦਈਏ ਜਿਹੜੀਆਂ ਸਰਦਾਰ ਦਲਜੀਤ ਸਿੰਘ ਵਿਰਕ ਅਤੇ ਉਹਨਾਂ ਦੀ ਸਮੁੱਚੀ ਟੀਮ ਅਤੇ ਸਾਰੀਆਂ ਸਿੱਖ ਸੰਸਥਾਵਾਂ ਰਲ ਕੇ ਨਿਊਜ਼ੀਲੈਂਡ ਦੇ ਹੈਮਿਲਟਨ ਸ਼ਹਿਰ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਐਡਾ ਵੱਡਾ ਪ੍ਰੋਗਰਾਮ ਉਹਨਾਂ ਨੇ ਉਲੀਕਿਆ ਉਹਦਾ ਟਾਈਮ ਜ਼ਰੂਰ ਆਪਾਂ ਦੱਸ ਦਈਏ ਸੰਗਤ ਨੂੰ ਦੇਖੋ ਜੀ 7 ਤਰੀਕ ਨੂੰ ਅਸੀਂ ਸਾਰੀਆਂ ਗੁਰੂ ਘਰ ਦੀਆਂ ਕਮੇਟੀਆਂ ਰਲ ਕੇ ਟਾਈਮ 11 ਵਜੇ ਦਾ ਟਾਈਮ ਰੱਖਿਆ ਆ ਜੀ ਠੀਕ ਹੈ ਜੀ 11 ਵਜੇ ਤੂੰ ਵੀ 10:30-11 ਵਜੇ ਜ਼ਰੂਰ ਆ ਜਾਓ 10 ਵਜੇ ਵੀ ਆਵੋ ਆ ਕੇ ਲੰਗਰ ਪਾਣੀ ਚਾਹ ਪਾਣੀ ਪੀਓ ਜੀ ਫੈਮਿਲੀ ਤੌਰ 'ਤੇ ਅਤੇ ਫਿਰ ਗਾਂ ਮੇਲੇ ਦੀਆਂ ਮੌਜਾਂ ਕਰੋ ਬੇਸਣ ਬਣੂਗਾ ਜੀ ਬੇਸਣ ਬਰਫੀ ਅਸੀਂ ਜਲੇਬੀਆਂ ਵੀ ਬਣਾਉਣੀਆਂ ਜੀ ਜਲੇਬੀਆਂ ਬੜੀ ਜ਼ਰੂਰੀ ਆ ਜਲੇਬੀਆਂ ਦੇਖੋ ਹਾਸਾ ਆ ਜਾਂਦਾ ਚਿਹਰੇ 'ਤੇ ਨਾ ਆਪਾਂ ਜਲੇਬੀ ਦੀ ਬੇਸਣ ਦੀ ਗੱਲ ਕਰਦੇ ਹਾਂ ਚਾਹ ਹੋਵੇ ਮਹਾਰਾਜ ਪੰਜਾਬੀ ਜਿਹੜੇ ਚਾਹ ਬੇਸਣ ਜਲੇਬੀ ਨਾ ਹੋਵੇ ਆਮ ਤੌਰ 'ਤੇ ਇੰਡੀਆ ਮੇਲਿਆਂ 'ਚ ਜਲੇਬੀ ਬਹੁਤ ਜ਼ਰੂਰੀ ਹੁੰਦੀ ਆ ਅਸੀਂ ਕੱਲ੍ਹ ਗੱਲ ਕਰਦੇ ਜਲੇਬੀਆਂ ਜ਼ਰੂਰ ਬਣਾਵਾਂਗੇ ਜੀ ਪਰ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਸਮਾਂ ਕੱਢਿਆ ਅਤੇ ਸੰਗਤ ਦੇ ਰੂਬਰੂ ਹੋਏ ਤੁਸੀਂ ਸਾਡੇ ਮਾਧਿਅਮ ਦੇ ਰਾਹੀਂ ਅਤੇ ਅਸੀਂ ਵੀ ਪੂਰੀ ਟੀਮ ਅਰਦਾਸ ਕਰਦੇ ਹਾਂ ਕਿ ਗੁਰਦੁਆਰਾ ਸਾਹਿਬ ਬਹੁਤ ਤਰੱਕੀ ਕਰੇ ਸੰਗਤ ਨੂੰ ਜੋੜਨ ਦਾ ਉਪਰਾਲਾ ਜਿਹੜਾ ਹੈਗਾ ਉਹ ਦਿਨ ਬਾਏ ਦਿਨ ਚੱਲੇ ਬੱਚਿਆਂ ਨੂੰ ਪ੍ਰਫੁੱਲਤ ਹੋਣਾ ਜਿਹੜਾ ਕਮੇਟੀ ਕਰ ਰਹੀ ਹੈ ਅਸੀਂ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਜੀ ਅਸੀਂ ਵੀ ਤੁਹਾਡੇ ਵੱਲ ਬਹੁਤ ਧੰਨਵਾਦੀ ਹਾਂ ਜੀ ਆਪਣੇ ਟਾਈਮ ਦੇ ਕੇ ਸਾਡੇ ਨਾਲ ਇੰਟਰਵਿਊ ਕੀਤੀ ਜੀ ਤਾਂ ਸੰਗਤ ਜੀ ਬੇਨਤੀ ਤੁਹਾਡੇ ਚਰਨਾਂ ਚਾਹੀ ਕਿ 7 ਅਪ੍ਰੈਲ ਨੂੰ ਬਹੁਤ ਵੱਡਾ ਦਿਨ ਜਿਹੜਾ ਨਿਊਜ਼ੀਲੈਂਡ ਸਿੱਖ ਸੁਸਾਇਟੀ ਹੈਮਿਲਟਨ ਗੁਰੂ ਘਰ ਦੇ ਵਿਖੇ ਹੋਣ ਵਾਲਾ ਹੁਮ ਹੁਮਾ ਕੇ ਪਹੁੰਚੋ ਆਪਣੇ ਪਰਿਵਾਰਾਂ ਬੱਚਿਆਂ ਨੂੰ ਮਾਤਾ ਪਿਤਾ ਨੂੰ ਲੈ ਕੇ ਪਹੁੰਚੋ ਸਵੇਰੇ 10 ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਜਿਵੇਂ ਕਮੇਟੀ ਨੇ ਕਿਹਾ ਕਿ ਪਾਰਕਿੰਗ ਦੇ ਪੂਰੇ ਪ੍ਰਬੰਧ ਹੈ ਲੰਗਰ ਪਾਣੀ ਦੇ ਪੂਰੇ ਪ੍ਰਬੰਧ ਹੈ ਅਤੇ ਕਬੱਡੀ ਵਾਲੀਬਾਲ ਸ਼ੂਟਿੰਗ ਅਤੇ ਨਾਲ ਸੌਕਰ ਅਤੇ ਹੋਰ ਵੀ ਗੇਮਾਂ ਤੁਹਾਨੂੰ ਦੇਖਣ ਲਈ ਮਿਲਣਗੇ ਅਤੇ ਕਬੱਡੀ ਦੇ ਵੱਡੇ ਮੁਕਾਬਲੇ ਹੋਣਗੇ ਟੀਮਾਂ ਪਹੁੰਚੀਆਂ ਪਈਏ ਅਤੇ ਤੁਸੀਂ ਹੁਮ ਹੁਮਾ ਕੇ ਪਹੁੰਚੋ 7 ਅਪ੍ਰੈਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।